ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 140 ਸਾਲਾ ਇੱਕ ਅਨੋਖਾ ਸੰਤ ਜਿਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਪਿਆਰਿਓ ਆਪਾਂ ਸਮਝਣ ਦਾ ਥੋੜਾ ਜਿਹਾ ਪ੍ਰਯਾਸ ਕਰਾਂਗੇ ਯਤਨ ਕਰਾਂਗੇ ਜਿਹੜੇ ਪਰਮਾਤਮਾ ਦੇ ਹੋ ਜਾਂਦੇ ਨੇ ਤੇ ਪਿਆਰਿਓ ਫਿਰ ਉਹਨਾਂ ਲਈ ਕੋਈ ਕੰਮ ਜਿਹੜਾ ਹੈ ਛੋਟਾ ਨਹੀਂ ਹੁੰਦਾ ਕੋਈ ਕੰਮ ਵੱਡਾ ਨਹੀਂ ਹੁੰਦਾ ਤੇ ਵੱਡੇ ਤੋਂ ਵੱਡੇ ਕੰਮ ਨੂੰ ਵੀ ਉਹ ਚੁਟਕੀਆਂ ਦੇ ਵਿੱਚ ਸਾਰ ਕਰ ਲੈਂਦੇ ਨੇ। ਪਿਆਰਿਓ ਛੋਟੇ ਤੋਂ ਛੋਟਾ ਕੰਮ ਵੀ ਉਹ ਦੇਖ ਕੇ ਕਰ ਲੈਂਦੇ ਨੇ। ਤੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ। ਸੋ ਪਿਆਰਿਓ ਜ਼ਿਲ੍ਹਾ ਹੁਸ਼ਿਆਰਪੁਰ ਦਾ ਉਹ ਇੱਕ ਪਿੰਡ ਬਾਬਾ ਹਰਨਾਮ ਸਿੰਘ ਜੀ ਜੰਡੌਲੀ ਵਾਲੇ ਜਿਨ੍ਹਾਂ ਨੂੰ ਕਿੰਗ ਵਾਲੇ ਵੀ ਕਿਹਾ ਜਾਂਦਾ ਹੈ, ਕੰਬਲੀ ਵਾਲੇ ਵੀ ਕਿਹਾ ਜਾਂਦਾ ਹੈ। ਉਹ ਸਥਾਨ ਦੇ ਬਾਰੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਪਰ ਜਿੰਨਾ ਕੁ ਮੈਨੂੰ ਪਤਾ ਹੈ ਕਿ ਉਹਨਾਂ ਮਾਪੁਰਖਾਂ ਨੇ ਬਹੁਤ ਵੱਡਾ ਤਪ ਕੀਤਾ ਬਹੁਤ ਵੱਡੀ ਸਾਧਨਾ ਕੀਤੀ ਤੇ ਬੜੀ ਉਹਨਾਂ ਨੇ ਗੁਰਬਾਣੀ ਦੀ ਜਿਹੜੀ ਹੈ ਉਥੇ ਲਹਿਰ ਚਲਾਈ ਤੇ ਪਿਆਰਿਓ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੇ ਗੁਰਬਾਣੀ ਨੂੰ ਲਿਆਂਦਾ ਗੁਰਬਾਣੀ ਨੂੰ ਵਿਚਾਰਿਆ ਇੱਕ ਹੁੰਦਾ ਹੈ ਗੁਰਬਾਣੀ ਨੂੰ ਪੜਨਾ ਇੱਕ ਹੁੰਦਾ ਹੈ ਗੁਰਬਾਣੀ ਨੂੰ ਜਿਉਣਾ ਤੇ ਉਹਨਾਂ ਮਹਾਪੁਰਖਾਂ ਨੇ ਸੱਚਮੁੱਚ ਗੁਰਬਾਣੀ ਨੂੰ ਜਿਉਆ ਹੈ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਸੋਚ ਹੁੰਦੀ ਹੈ ਵੀ ਕੋਈ ਵਾਂਝਾ ਨਾ ਰਹਿ ਜਾਏ ਉਸ ਪ੍ਰਮਾਤਮਾ ਦੀ ਤਾਕਤ ਤੋਂ ਉਸ ਪ੍ਰਮਾਤਮਾ ਦੀ ਸਮਰੱਥਾ ਤੋਂ ਜਿਹੜੇ ਸਤਗੁਰੂ ਦੇ ਹੋ ਜਾਂਦੇ ਨੇ ਉਹਨਾਂ ਦੀ ਇਹ ਸੋਚ ਬਣ ਜਾਂਦੀ ਹੈ ਵੀ ਕੋਈ ਪਰਮਾਤਮਾ ਦੀ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਏ ਸਤਗੁਰ ਸੱਚੇ ਪਾਤਸ਼ਾਹ ਦੇ ਆਨੰਦ ਤੋਂ ਵਾਂਝਾ ਨਾ ਰਹਿ ਜਾਏ ਆਨੰਦ ਆਨੰਦ ਸਭ ਕੋក ਹੈ ਆਨੰਦ ਗੁਰੂ ਤੇ ਜਾਣਿਆ ਯਾਰੋ ਜਿਹੜੇ ਗੁਰੂ ਦੇ ਹੋ ਗਏ ਨੇ ਉਹਨਾਂ ਨੂੰ ਪਤਾ ਹੈ ਵੀ ਆਨੰਦ ਕੀ ਹੈ ਤੇ ਜਿਹੜੇ ਹਾਲੇ ਗੁਰੂ ਦੇ ਹੋਈ ਨਹੀਂ ਜਿਨ੍ਹਾਂ ਨੇ ਆਨੰਦ ਗੁਰੂ ਤੋਂ ਮਾਣਿਆ ਨਹੀਂ ਪਿਆਰਿਓ ਕਿਵੇਂ ਕਹਿ ਸਕਦੇ ਨੇ ਵੀ ਸੱਚਮੁੱਚ ਆਨੰਦ ਹੈ ਉਹ ਤਾਂ ਨਕਲੀ ਆਨੰਦ ਚ ਤੁਰੇ ਫਿਰਦੇ ਆ ਅਸਲੀ ਆਨੰਦ ਬਾਰੇ ਨਹੀਂ ਉਹ ਜਾਣ ਸਕੇ ਅਸਲੀ ਆਨੰਦ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਪਿਆਰਿਓ ਅਸਲੀ ਆਨੰਦ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਿੱਦਣ ਅਸਲੀ ਆਨੰਦ ਦਾ ਪਤਾ ਲੱਗਿਆ ਨਾ ਪਿਆਰਿਓ ਗੱਲ ਉਦਣ ਬਣਦੀ ਆ ਉਧਣਵਾਨੀ ਆ ਗੱਲ ਤਾਂ ਸਾਰੀ ਸੋ ਆਪਾਂ ਥੋੜਾ ਜਿਹਾ ਸਮਝੀਏ ਪਿਆਰਿਓ ਮਹਾਪੁਰਖ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਬੜੇ ਘਟ ਨੇ ਇੱਥੇ ਢੋਂਗੀ ਤੇ ਪਖੰਡੀ ਬੜੇ ਤੁਰੇ ਫਿਰਦੇ ਆ ਬਿਨਾ ਗੱਲ ਤੋਂ ਬੰਦੂਕਾਂ ਚਾਕੇ ਬਿਨਾ ਗੱਲ ਤੋਂ ਉਹਨਾਂ ਬਾਬਿਆਂ ਦੇ ਅੱਗੇ ਪਿਛੇ ਘੁੰਮ ਕੇ ਬਿਨਾ ਗੱਲ ਤੋਂ ਗੜਬੇ ਲੈ ਕੇ ਤੌਲੀਏ ਲੈ ਕੇ ਬਾਬੇ ਦੇ ਪੈਰਾਂ ਚੋਂ ਬੂਟ ਵੀ ਕੋਈ ਹੋਰ اتارੂ ਜਰਾਬਾਂ ਵੀ ਕੋਈ ਹੋਰ اتارੂ ਬਾਬੇ ਨੇ ਸਿਰਫ ਕੱਲਾ ਤੁਰ ਕੇ ਜਾਣਾ ਵਸ ਨਹੀਂ ਚੱਲਦਾ ਜੇ ਬਾਬਾ ਕਿਤੇ ਥੋੜਾ ਜਾਂ ਮੇਰੇ ਖਿਆਲ ਚ ਨਿਕਾ ਹੋਵੇ ਉਹਨੂੰ ਕਿ ਗੋਦੀ ਚੁੱਕ ਕੇ ਕਿਹੜਾ ਨਾਂ ਲੈ ਜਾਣ ਪਖੰਡ ਦੇ ਵਿੱਚ ਕੋਈ ਘਾਟ ਨਹੀਂ ਛੱਡਦੇ ਪਤੰਦਰ ਤੇ ਅਸੀਂ ਵੀ ਬਾਬਾ ਉਸੇ ਨੂੰ ਮੰਨਦੇ ਆ ਜਿਹੜਾ ਸਭ ਤੋਂ ਵੱਧ ਪਖੰਡ ਕਰਦਾ ਹੋਵੇ ਵੀ ਹਾਂਜੀ ਇਹੋ ਹੀ ਬਾਬਾ ਜੀ ਰੱਬਤਾ ਜੀ ਇਹੋ ਹੀ ਹੈ ਜੀ ਕਹਿਣ ਤੋਂ ਭਾਵ ਜਿਹੜੇ ਪਰਮਾਤਮਾ ਦੇ ਹੁੰਦੇ ਆ ਨਾ ਜਿਹੜੇ ਰੱਬ ਦੇ ਹੋ ਜਾਂਦੇ ਆ ਪਿਆਰਿਓ ਉਹ ਪਖੰਡ ਨਹੀਂ ਕਰਕੇ ਉਹ ਦੁਨੀਆ ਨੂੰ ਨਹੀਂ ਦਿਖਾਉਂਦੇ ਵੀ ਅਸੀਂ ਆ ਅਸੀਂ ਸਭ ਕੁਝ ਆ ਉਹਦਾ ਸਾਦੇ ਬਣ ਕੇ ਰਹਿੰਦੇ ਹੁੰਦੇ ਆ ਉਹ ਤਾਂ ਕਹਿੰਦੇ ਹੁੰਦੇ ਆ ਵੀ ਭਾਈ ਸਾਡੇ ਕੋਲ ਕੀ ਐ ਪਰਮਾਤਮਾ ਤੋਂ ਮੰਗੋ ਪਰਮਾਤਮਾ ਤੋਂ ਲਓ ਜਾ ਕੇ ਸਾਡੇ ਕੋਲ ਨਹੀਂ ਸਾਡੇ ਤੇ ਪੈਰੀ ਹੱਥ ਵੀ ਨਾ ਲਾਓ ਤਾਂ ਇੱਥੋਂ ਤੱਕ ਇਹਨੇ ਹੁੰਦਾ ਜਿਹੜੇ ਜਿਹੜੇ ਪਖੰਡੀ ਹੁੰਦੇ ਉਹ ਕਹਿੰਦੇ ਸਾਡੇ ਪੈਰਾਂ 'ਚ ਹੀ ਸਭ ਕੁਝ ਹੈ ਸਾਨੂੰ ਇਹ ਮੰਨੋ ਖਾਂ ਕੇ ਰਾ ਅਸੀਂ ਉਹ ਕਰਾਂਗੇ ਤੁਹਾਡੇ ਪੇੜੇ ਪਾਰ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਕਿਰਪਾ ਕਰਦੇ ਨੇ ਕਾਇਮ ਦਾਇਮ ਸਦਾ ਪਾਤਸ਼ਾਹੀ ਉਹ ਆਤਮਿਕ ਅਵਸਥਾ ਇੱਕ ਐਸੀ ਹੁੰਦੀ ਹੈ ਜਿਹਨੂੰ ਮਿਲ ਗਈ ਨਾ ਪਾਤਸ਼ਾਹੀ ਹੈ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ ਤੇ ਪਿਆਰਿਓ ਜਿਹਨੂੰ ਉਹ ਮਿਲ ਗਈ ਨਾ ਉਹ ਟਿਕ ਜਾਂਦਾ ਹੈ ਉਹਦੇ ਜੀਵਨ ਚ ਟਿਕਾ ਆ ਜਾਂਦਾ ਹੈ ਤੇ ਪਿਆਰਿਓ ਜਿਹਦੇ ਜੀਵਨ ਚ ਟਿਕਾ ਆ ਗਿਆ ਤੇ ਫਿਰ ਹੋਰਾਂ ਨੂੰ ਉਹ ਟਿਕਣ ਦੀ ਜਾਚ ਸਿਖਾਉਂਦਾ ਹੈ ਹੋਰਾਂ ਨੂੰ ਟਿਕਾਉਣ ਦੀ ਜਿਹੜੀ ਹੈ ਉਹ ਵੀ ਰ ਜਾਚ ਦੱਸਦਾ ਪਿਆਰਿਓ ਇਹ ਗੱਲ ਯਾਦ ਰੱਖਿਓ ਗੁਰਬਾਣੀ ਦਾ ਰੰਗ ਜਿਹਨੂੰ ਚੜ ਗਿਆ ਨਾ ਸ਼ਬਦਾਂ ਦਾ ਰੰਗ ਜਿਹਨੂੰ ਚੜ ਗਿਆ ਤੇ ਪਿਆਰਿਓ ਫਿਰ ਉਹ ਲੋਕਾਂ ਨੂੰ ਦੱਸਦਾ ਹੈ ਭਾਈ ਤੁਸੀਂ ਕਿਵੇਂ ਬਚਣਾ ਹੈ ਸੁਭਾਅ ਜਲ ਤੋਂ ਇਹ ਯਾਦ ਰੱਖਿਓ ਬڑے ਮਹਾਪੁਰਖ ਹੋਏ ਨੇ ਜਿਨ੍ਹਾਂ ਦੇ ਜੀਵਨ ਬਹੁਤ ਸਾਦੇ ਹੋਏ ਸੀ ਜਿਨ੍ਹਾਂ ਦੇ ਜੀਵਨ ਕੁਰਬਾਨੀ ਦੇ ਆਸੇ ਮੁਤਾਬਕ ਚੱਲੇ ਤੇ ਉਹਨਾਂ ਨੇ ਆਪਣੇ ਤੱਕ ਗੱਲ ਸੀਮਤ ਨਹੀਂ ਰੱਖੀ ਉਸ ਆਨੰਦ ਨੂੰ ਵੰਡਿਆ ਲੋਕਾਂ ਦਾ ਭਲਾ ਕੀਤਾ ਜਿੰਨਾ ਹੋ ਸਕਿਆ ਲੋਕਾਂ ਨੂੰ ਬਚਾਇਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਬੜੇ ਥੋੜੇ ਨੇ ਉਹ ਬੰਦੇ ਜਿਹੜੇ ਪਰਮਾਤਮਾ ਤੋਂ ਬਖਸ਼ਿਸ਼ਾਂ ਲੈ ਕੇ ਛੁਪਾ ਲੈਂਦੇ ਨੇ ਤੇ ਹੋਰਾਂ ਨੂੰ ਪਰਮਾਤਮਾ ਨਾਲ ਜੁੜਨ ਦੀ ਉਹ ਲੋਕ ਜਿਹੜੇ ਨੇ ਕੋਸ਼ਿਸ਼ ਕਰਦੇ ਨੇ ਜੋੜਨ ਦੀ ਤੇ ਪਿਆਰਿਓ ਬੜੇ ਥੋੜੇ ਹੁੰਦੇ ਨੇ ਜਿਹੜੇ ਥੋੜਾ ਜਿਹਾ ਲੈ ਕੇ ਉੱਛਲ ਜਾਂਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਮੰਨੋ ਇਹ ਯਾਦ ਰੱਖਿਓ ਵੀ ਉਹ ਲੋਕ ਬੜੇ ਥੋੜੇ ਨੇ ਉਹ ਬਹੁਤੇ ਨਹੀਂ ਜਿਹੜੇ ਥੋੜਾ ਜਿਹਾ ਪਾ ਕੇ ਉੱਛਲ ਜਾਂਦੇ ਨੇ ਸੱਚੇ ਸਤਗੁਰ ਨਾਲ ਜੁੜੋ ਅਕਾਲ ਪੁਰਖ ਨਾਲ ਜੁੜੀਏ ਸੋਨਾ ਮਹਾਂਪੁਰਖਾਂ ਦੀ ਬੰਦਗੀ ਵਾਲਿਆਂ ਦੀ ਹਮੇਸ਼ਾ ਕਦਰ ਕਰੀਏ ਜਿਨ੍ਹਾਂ ਨੇ ਕੌਮ ਨੂੰ ਪੰਥ ਨੂੰ ਕੁਝ ਦਿੱਤਾ ਸਾਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਹਮੇਸ਼ਾ ਉਹਨਾਂ ਨੇ ਉਪਦੇਸ਼ ਦਿੱਤਾ ਪਿਆਰਿਓ ਅੱਜ ਉਹਨਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ